ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ ਯੂਟਿਊਬ ਚੈਨਲ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਕਿ ਦੀਪ ਸਿੱਧੂ ਜੇਲ੍ਹ 'ਚੋਂ ਬਾਹਰ ਆ ਗਿਆ ਹੈਗਾ ਅਤੇ 2 ਦਿਨਾਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਇੰਟਰਵਿਊ ਔਨ ਏਅਰ ਚੈਨਲ ਨੂੰ ਦਿੱਤਾ। ਔਨ ਏਅਰ ਚੈਨਲ 'ਤੇ ਜਦੋਂ ਸਿਮਰਜੋਤ ਮੱਕੜ ਨੇ ਲੱਖੇ ਸਿਧਾਣੇ ਬਾਰੇ ਦੀਪ ਸਿੱਧੂ ਤੋਂ ਸਵਾਲ ਪੁੱਛਿਆ ਤਾਂ ਉਹ ਤੁਹਾਨੂੰ ਦੱਸ ਦਿੰਦੇ ਵੀ ਲੱਖੇ ਸਿਧਾਣੇ ਬਾਰੇ ਦੀਪ ਸਿੱਧੂ ਦੇ ਹੁਣ ਕੀ ਵਿਚਾਰ ਨੇ, ਉਹਨਾਂ ਨੇ ਦੀਪ ਸਿੱਧੂ ਲੱਖੇ ਸਿਧਾਣੇ ਬਾਰੇ ਦੀਪ ਸਿੱਧੂ ਨੇ ਕੀ ਕਿਹਾ। ਸੁਣੋ ਉਹ ਪੂਰਾ ਵੀਡੀਓ ਜਦੋਂ ਸਿਮਰਜੋਤ ਮੱਕੜ ਨੇ ਪੁੱਛਿਆ। ਲੱਖਾ ਸਿਧਾਣਾ ਬਾਰੇ ਬਿਲਕੁਲ ਆਖਰੀ ਸਵਾਲ ਹੈ, ਪਹਿਲਾਂ ਵੀ ਕਹਿ ਚੁੱਕਿਆ ਹਾਲਾਂਕਿ ਮੈਂ, ਲੱਖਾ ਸਿਧਾਣਾ ਵੀ ਫੇਸ ਕਰ ਰਿਹਾ ਜਿਸ ਤਰ੍ਹਾਂ ਉਹਨਾਂ ਤੇ ਇਨਾਮ ਹੈ, ਉਹਨਾਂ ਦੇ ਭਰਾ ਦੇ ਨਾਲ ਕੁੱਟਮਾਰ ਹੁੰਦੀ ਹੈ, ਫਿਰ ਉਹ ਮੋਰਚੇ 'ਚ ਬਾਅਦ ਜਾਣ ਦੀ ਗੱਲ ਕਰਦੇ ਹੈ, ਸਾਰਾ ਕੁਝ ਹੁੰਦਾ ਹੈ, ਉਹਨਾਂ ਦੇ ਨਾਲ ਕਿਵੇਂ ਦਾ ਸੰਬੰਧ ਹੈ ਹੁਣ ਤੁਹਾਡਾ? ਨਹੀਂ, ਮੇਰੀ ਦੇਖੋ 10 ਦਸੰਬਰ ਜਾਂ 11 ਦਸੰਬਰ ਨੂੰ ਗੱਲ ਹੋਈ ਸੀ, ਉਦੋਂ ਬਾਅਦ ਤਾਂ ਕਦੇ ਕੋਈ ਗੱਲ ਨਹੀਂ ਹੋਈ, ਪਰ ਸੰਬੰਧ ਤਾਂ ਇਹ ਆ, ਲੱਖੇ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ ਬਾਈ, ਹੈਨਾ, ਲੱਖੇ ਨੇ ਕੰਟਰੀਬਿਊਟ ਕੀਤਾ ਇਸ ਐਜੀਟੇਸ਼ਨ 'ਚ। ਉਹਨੂੰ ਪਾਸਟ ਉਹਦਾ ਚੱਕ ਕੇ, ਇਹ ਪ੍ਰੋਸੀਕਿਊਸ਼ਨ ਏਜੰਸੀ ਸਪੈਸ਼ਲੀ ਐਂ ਦੇਖਦੀਆਂ ਵੀ ਉਹਦਾ ਪਾਸਟ ਚੱਕ ਕੇ ਵੀ ਉਹਨੂੰ ਹੁਣ ਐਨਲਾਈਜ਼ ਕਰਦੀਆਂ ਵੀ ਇਹਦਾ ਤਾਂ ਕੁਛ ਡਾਰਕ ਪਾਸਟ ਰਿਹਾ। ਪਰ ਮੈਂ ਕਹਿੰਦਾ, ਮੈਂ ਕਦੇ ਵੀ ਬੰਦੇ ਨੂੰ ਐਨਲਾਈਜ਼ ਨਹੀਂ ਕਰਦਾ ਹੁੰਦਾ, ਉਹਨੇ ਆਪਦੀ ਇਮਾਨਦਾਰੀ ਨਾਲ ਪੂਰਾ ਆਪਦੇ ਪੂਰੇ ਆਪਾਂ ਕਹਿ ਲਈਏ ਤਣੋ ਮਨੋ, ਹੈ ਨਾ, ਇਸ ਐਜੀਟੇਸ਼ਨ 'ਚ ਉਹਨੇ ਵੀ ਹਿੱਸਾ